डेश पॉस्ट विद डॉ नवदीप शर्मा ग्लोबली रेनाउंड आयुर्वेदिक हीलर जस पंजाबी ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸ਼ਸ਼ਟੇਕਾਲ ਜੀ ਆਈਬੀਐਸ ਇਰੀਟੇਬਲ ਬਾਉਲ ਸਿੰਡਰੋਮ ਕਹਿੰਦੇ ਛੋਟਾ ਜਿਹਾ ਵਰਡ ਹੈ ਲੇਕਿਨ ਜਿੰਨੂੰ ਹੋ ਜਾਂਦੀ ਹੈ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਜੀ ਉਹਦੀ ਆਈਬੀਐਸ ਇੱਕ ਐਸਾ ਰੋਗ ਹੈ ਜਿਸ ਰੋਗ ਚ ਲੱਛਣ ਅਲੱਗ-ਅਲੱਗ ਤਰ੍ਹਾਂ ਦੇ ਆਂਦੇ ਨੇ ਲੇਕਿਨ ਯਾਦਾ ਕਰਕੇ ਆਈਬੀਐਸ ਵਾਲੇ ਪੇਸ਼ੈਂਟਸ ਜਦੋਂ ਖਾਣਾ ਖਾ ਲੈਂਦੇ ਨੇ ਉਸ ਤੋਂ ਬਾਅਦ ਪੇਟ ਚ ਡਿਸਕੰਫਰਟ ਹੋਣਾ ਸ਼ੁਰੂ ਹੋ ਜਾਂਦਾ ਵੈ ਬਹੁਤ ਸਾਰੇ ਲੋਕ ਐਸੇ ਨੇ ਕਿ ਉਹਨਾਂ ਨੂੰ ਖਾਣਾ ਖਾਣ ਤੋਂ ਬਾਅਦ ਟਾਇਲਟ ਜਾਣਾ ਪੈਂਦਾ ਮੋਸ਼ਨ ਜਾਣਾ ਪੈਂਦਾ ਵੈ ਔਰ ਐਕਸਟ੍ਰੀਮ ਕੇਸਿਸ ਤੇ ਸਾਡੇ ਕੋਲ ਐਸੇ ਵੀ ਆਂਦੇ ਨੇ ਜਿਹੜੇ ਪਾਣੀ ਪੀਂਦੇ ਨੇ ਤੇ ਉਸ ਤੋਂ ਬਾਅਦ ਵੀ ਮੋਸ਼ਨ ਜਾਣਾ ਪੈਂਦਾ ਵੈ ਵੀਕਨੈਸ ਵਧਦੀ ਜਾਂਦੀ ਹੈ ਸਰੀਰ ਦਾ ਜਿਹੜਾ ਕਾਂਤੀ ਹੈ ਸਾਰਾ ਗਲੋ ਹੈ ਉਹ ਖਤਮ ਹੋ ਜਾਂਦਾ ਵੈ ਕਿਉਂਕਿ ਬਾਡੀ ਚ ਜਦੋਂ ਖਾਣਾ ਟਿਕੇਗਾ ਹੀ ਨਹੀਂ ਪਚੇਗਾ ਹੀ ਨਹੀਂ ਤੇ ਬਾਡੀ ਉਹਦੇ ਚ ਨਿਊਟ੍ਰੀਐਂਟਸ ਕਿਸਰਾ ਕਾ ਲੇਗੀ ਆਯੁਰਵੇਦ ਚ ਆਈਵੀਐਸ ਦੇ ਵਾਸਤੇ ਸੰਗ੍ਰਹਿਣੀ ਨਾਮ ਯੂਜ਼ ਕੀਤਾ ਗਿਆ ਵੈ। ਪੁਰਾਣੇ ਸਮਿਆਂ ਦਾ ਰੋਗ ਹੈ ਜੀ, ਨਵਾਂ ਰੋਗ ਨਹੀਂ ਹੈ। ਕਈ ਸਾਲਾਂ ਤੋਂ ਜਦੋਂ ਦਾ ਵੀ ਦੁਨੀਆ ਬਣੀ ਹੈ, ਸੰਗ੍ਰਹਿਣੀ ਬੜਾ ਕੋਮਨ ਰੋਗ ਰਿਹਾ ਵੈ। ਔਰ ਸੰਗ੍ਰਹਿਣੀ ਦੇ ਅੰਦਰ ਹੁੰਦਾ ਕੀ ਹੈ ਜੀ? ਕਿ ਜਿਹੜਾ ਸਾਡਾ ਡਿਉਡੀਨਮ ਹੈ, ਜੁਡੀਨਮ ਦੇ ਅੰਦਰ ਸੂਜਨ ਆ ਜਾਂਦੀ ਹੈ। ਆਪਾਂ ਅਕਸਰ ਹੈ ਕਹਿੰਨੇ ਕਿ ਸਾਡਾ ਪੇਟ ਖਾਣਾ ਪਚਾਉਂਦਾ ਵੈ। ਪੇਟ ਸਟਮਕ ਹੁੰਦਾ ਵੈ। ਲੇਕਿਨ ਰਿਐਲਿਟੀ ਹੈ ਕਿ ਸਭ ਤੋਂ ਵੱਧ ਖਾਣਾ ਪਚਾਉਂਦਾ ਵੈ ਪਚਾਉਂਦਾ ਹੈ ਸਾਡਾ ਜੁਡੀਨਮ ਜਿਹਨੂੰ ਕਿ ਆਪਾਂ ਗ੍ਰਹਿਣੀ ਕੰਨੇ ਆ। ਔਰ ਜਦੋਂ ਇਹ ਗ੍ਰਹਿਣੀ ਅੰਦਰੋਂ ਸੁੱਜ ਜਾਂਦੀ ਹੈ ਫਿਰ ਹੋ ਜਾਂਦੀ ਹੈ ਜੀ ਸੰਗਰਹਿਣੀ ਜਦੋਂ ਸੰਗਰਹਿਣੀ ਹੋ ਗਈ ਮੂਹਰ ਬੱਦਮ ਮੂਹਰ ਦਰਵਮ ਕੋਈ ਪਤਾ ਨਹੀਂ ਕਦੋਂ ਕਨਸਟਿਪੇਸ਼ਨ ਹੋ ਜਾਨੀ ਹੈ ਕੋਈ ਪਤਾ ਨਹੀਂ ਕਦੋਂ ਸਟੂਲ ਨੇ ਲੂਜ਼ ਆ ਜਾਣਾ ਵੈ ਬਹੁਤ ਇਰੈਗੂਲਰ ਹੋ ਜਾਂਦਾ ਵੈ ਸਾਡਾ ਬਾਉਲ ਐਲੋਪੈਥੀ ਚ ਰੋਗ ਦਾ ਕੋਈ ਮੇਜਰ ਇਲਾਜ ਨਹੀਂ ਹੈ ਐਕਸਟ੍ਰੀਮ ਕੇਸਿਸ ਤੇ ਪੇਸ਼ੈਂਟ ਨੂੰ ਡਿਪਰੈਸ਼ਨ ਦੀ ਦਵਾਈਆਂ ਤੱਕਨ ਦੇ ਦਿੱਤੀਆਂ ਜਾਂਦੀਆਂ ਨੇ ਆਯੁਰਵੇਦ ਦੇ ਅੰਦਰ ਐਸੀਆਂ ਬਹੁਤ ਸਾਰੀ ਮੈਡੀਕੇਸ਼ਨਸ ਨੇ ਜਿਹਦੇ ਨਾਲ ਜਿਹੜੀ ਗ੍ਰਹਿਣੀ ਅੰਦਰੋਂ ਸੁੱਜੀ ਹੈ ਉਦੀ ਸੂਜਨ ਨੂੰ ਘਟਾਇਆ ਜਾ ਸਕਦਾ ਵੈ ਜੇ ਤੁਹਾਨੂੰ ਸੰਗਰਹਿਣੀ ਹੈ ਇੱਕ ਨਾਰਮਲ ਜਿਆਨੁਸਖਾ ਤੋਂ ਦੱਸ ਰਿਆਂ ਜੀ ਦੁੱਧ ਲੈਣਾ ਵੈ ਦੁੱਧ ਦੇ ਅੰਦਰ ਮਾੜਿਆ ਜਾਂ ਨਿੰਬੂ ਪਾ ਲੈਣਾ ਵੈ ਅੱਧਾ ਗਲਾਸ ਦੁੱਧ ਉਹਦੇ ਚ ਥੋੜਾ ਜਿਹਾ ਨਿੰਬੂ ਪਾ ਲਵੋ ਦੁੱਧ ਫਟ ਜਾਏਗਾ ਐਸ ਫਟੇ ਹੋਏ ਦੁੱਧ ਨੂੰ ਪੀ ਜਾਓ ਸੁਨਨ ਚ ਅਜੀਬ ਲੱਗ ਰਿਹਾ ਹੋਏਗਾ ਤੁਹਾਨੂੰ ਲੇਕਿਨ ਐਸ ਫਟੇ ਹੋਏ ਦੁੱਧ ਨੂੰ ਜੇ ਤੁਹਾਨੂੰ ਦਿਨ ਚ ਦੋ ਵਾਰੀ ਇੱਕ ਐਸਾ ਬੰਦਾ ਜਿਹਨੂੰ ਬਾਰ-ਬਾਰ ਮੋਸ਼ਨ ਜਾਣਾ ਪੈ ਰਿਹਾ ਉਹ ਪੀਏਗਾ ਤੁਸੀਂ ਦੇਖੋਗੇ ਇਮੀਡੀਏਟਲੀ ਜਿੰਨੀ ਵਾਰੀ ਮੋਸ਼ਨ ਜਾ ਰਿਆ ਸੀ ਉਹ ਘਟ ਜਾਏਗਾ ਬੇਲ ਦਾ ਮਰਬਾ ਬਹੁਤ ਹੀ ਵਧੀਆ ਚੀਜ਼ ਹੈ ਗ੍ਰੈਣੀ ਵਾਸਤੇ ਕਿਉਂਕਿ ਬੇਲ ਗਰਾਹੀ ਗਿਨਾ ਗਿਆ ਵੈ ਔਰ ਪੈਰਿਸਟੈਲਟਿਕ ਮੂਵਮੈਂਟ ਜਿਹੜੀ ਕਿ ਵੱਧ ਚੁੱਕੀ ਹੁੰਦੀ ਹੈ ਆਈਬੀਐਸ ਦੇ ਪੇਸ਼ੈਂਟ ਦੇ ਅੰਦਰ ਉਹਨੂੰ ਬੇਲ ਠੀਕ ਕਰਦਾ ਵੈ ਕੁਟਜ ਬਹੁਤ ਵਧੀਆ ਹਬ ਹੈ ਗ੍ਰੈਣੀ ਵਾਸਤੇ ਤੇ ਕੁਝ ਖਾਸ ਅਗਰ ਆਪਾਂ ਕੰਬੀਨੇਸ਼ਨਸ ਦੀ ਗੱਲ ਕਰੀਏ ਤੇ ਪਰਪਟੀਆਂ ਸਪੈਸ਼ਲ ਤਰ੍ਹਾਂ ਦੀ ਦਵਾਈਆਂ ਕਿਉਂਕਿ ਸਾਡੇ ਸ਼ਾਸਤਰਾਂ ਚ ਸਭ ਨੂੰ ਪਤਾ ਸੀ ਕਿ ਰੋਗੋ ਸਰਵੋਪੀ ਮੰਦਾਗਨੀ ਡਾਈਜੈਸਟਿਵ ਪ੍ਰੋਬਲਮ ਕਰਕੇ ਸਾਰੇ ਵੱਡੇ ਰੋਗ ਜਿਹੜੇ ਨੇ ਸਰੀਰ ਚ ਹੁੰਦੇ ਨੇ ਐਸੇ ਕਰਕੇ ਇੱਕ ਪੂਰੀ ਮੈਡੀਕੇਸ਼ਨ ਦੀ ਟਾਈਪ ਜਿਹਨੂੰ ਪਰਪਟੀ ਕਹਿੰਦੇ ਆ ਉਹਨਾਂ ਨੇ ਗ੍ਰਹਿਣੀ ਵਾਸਤੇ ਬਣਾ ਦਿੱਤੀ ਐਸੇ ਲਈ ਅਗਰ ਤੁਸੀਂ ਆਈਬੀਐਸ ਤੋਂ ਆਈਬੀਡੀ ਤੋਂ ਡਿਡ ਨਾਈਟਿਸ ਤੋਂ ਗੈਸਟ੍ਰਾਈਟਿਸ ਤੋਂ ਜੂਝ ਰਹੇ ਹੋ ਕੋਈ ਘਬਰਾਣ ਦੀ ਲੋੜ ਨਹੀਂ ਹੈ ਨੰਬਰ ਜਿਹੜੇ ਤੁਹਾਡੀ ਸਕਰੀਨ ਤੇ ਆ ਰਹੇ ਨੇ डिटेल्स भेज दिन ने जिसे सूह चाहिए होएगा कि केड़ी -केड़ी दवाई हूं तक खाधी है और प्रॉब्लम किस लैवल तक की है मेरी टीम तो अनु रीच आउट करेगी और एश्योर्ड रवो संग्रहणी आयुर्वेद की मदद देनाल जड़ों पजाया जा सकता है सत श्रीकाल जी स्टेज विद डॉक्टर नवदीप शर्मा ग्लोबली रिनाउड आयुर्वेदिकला